ਸਤਿ ਸ਼੍ਰੀ ਅਕਾਲ ਦੋਸਤੋ, ਬਰੀਫ ਪੰਜਾਬ ਚੈਨਲ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ, ਰਹਿਬਰਾਂ ਅਤੇ ਸੂਰਮਿਆਂ ਦੀ ਧਰਤੀ ਹੈ ਅਤੇ ਸਮੇਂ-ਸਮੇਂ ਉੱਤੇ ਇਸ ਧਰਤੀ ਦੀ ਕੁੱਖੋਂ ਵੱਡੇ ਵੱਡੇ ਯੋਧਿਆਂ ਨੇ ਜਨਮ ਲਿਆ ਅਤੇ ਜ਼ੁਲਮੀ ਹਨੇਰੀ ਨੂੰ ਠੱਲ ਪਾਈ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਇੱਕ ਐਸੇ ਹੀ ਪੰਜਾਬ ਦੇ ਸੂਰਮੇ ਪੁੱਤ ਦੁੱਲੇ ਭੱਟੀ ਦੇ ਇਤਿਹਾਸ ਬਾਰੇ ਦੱਸਾਂਗੇ। ਦੁੱਲਾ ਭੱਟੀ ਪੰਜਾਬ ਦਾ ਲੋਕ ਨਾਇਕ ਹੈ ਅਤੇ ਬਹੁਤ ਸਾਰੇ ਲੋਕ ਗੀਤ, ਲੋਕ ਗਥਾਵਾਂ ਦੁੱਲੇ ਭੱਟੀ ਉੱਪਰ ਬਣਾਏ ਗਏ ਹਨ। ਦੋਸਤੋ, ਇਸ ਪੰਜਾਬੀ ਸੁਰਮੇ ਦੁੱਲੇ ਭੱਟੀ ਦੀ ਜ਼ਿੰਦਗੀ ਦੇ ਕਾਰਨਾਮੇ ਸੁਣ ਕੇ ਤੁਹਾਡੇ ਵੀ ਰੋਂਗਟੇ ਖੜ੍ਹੇ ਹੋ ਜਾਣਗੇ ਕਿ ਕਿੰਨਾ ਬਹਾਦਰ ਸੀ ਇਹ ਯੋਧਾ। ਸੋ ਸਭ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਸੁਣਿਓ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਅੱਜ ਦੀ ਪੀੜ੍ਹੀ ਵੀ ਇਹਨਾਂ ਯੋਧਿਆਂ ਦੇ ਇਤਿਹਾਸ ਬਾਰੇ ਜਾਣ ਸਕੇ। ਦੋਸਤੋ, ਦੁੱਲੇ ਭੱਟੀ ਨੂੰ ਅਸੀਂ ਸਿਰਫ ਲੋਹੜੀ ਦੇ ਗੀਤਾਂ ਤੱਕ ਹੀ ਸੀਮਿਤ ਰੱਖ ਲੈਂਦੇ ਹਾਂ, ਪਰ ਦੁੱਲਾ ਭੱਟੀ ਪੰਜਾਬ ਦਾ ਉਹ ਸੂਰਮਾ ਸੀ ਜਿਸ ਦੇ ਦਾਦੇ ਨੇ ਵੀ ਮੁਗਲਾਂ ਨਾਲ ਟਾਕਰਾ ਲਿਆ ਅਤੇ ਜਿਸ ਦੇ ਪਿਤਾ ਨੂੰ ਵੀ ਅਕਬਰ ਬਾਦਸ਼ਾਹ ਨੇ ਫਾਂਸੀ ਦੇ ਕੇ ਆਪਣੇ ਕਿਲ੍ਹੇ ਦੇ ਦਰਵਾਜ਼ੇ ਦੇ ਮੂਹਰੇ ਟੰਗ ਦਿੱਤਾ ਸੀ ਅਤੇ ਕਿਹਾ ਸੀ ਕਿ ਲੋਕੋ, ਵੇਖੋ ਕਿੱਦਾਂ ਮੈਂ ਸ਼ੇਰ ਬੰਦਾ ਮਾਰਿਆ ਹੈ ਜਿਸ ਨੂੰ ਮੈਂ ਫਾਂਸੀ ਦਿੱਤੀ। ਦੁੱਲਾ ਭੱਟੀ ਉਹ ਅਣਖੀ ਸੂਰਮਾ ਸੀ ਜੋ ਮਿੱਟੀ ਲਈ ਲੜਦਾ ਹੋਇਆ ਮਿੱਟੀ ਵਿੱਚ ਹੀ ਸਮਾ ਗਿਆ ਅਤੇ ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ ਅੱਜ ਵੀ ਲੋਕ ਉਸਦਾ ਨਾਮ ਫਖਰ ਨਾਲ ਲੈਂਦੇ ਹਨ। ਦੁੱਲੇ ਭੱਟੀ ਦੇ ਦਾਦੇ ਦਾ ਨਾਮ ਸਾਂਦਲ ਭੱਟੀ ਸੀ। ਇਹ 16ਵੀਂ ਸਦੀ ਦੀ ਗੱਲ ਹੈ। ਉਸ ਸਮੇਂ ਮੁਗਲ ਲੋਕਾਂ ਕੋਲੋਂ ਜਬਰੀ ਟੈਕਸ ਵਸੂਲਦੇ ਸਨ। ਦੁੱਲੇ ਭੱਟੀ ਦਾ ਦਾਦਾ ਸਾਂਦਲ ਬਾਰ ਦੇ ਇਲਾਕੇ ਜੋ ਅੱਜ ਪਾਕਿਸਤਾਨ ਹੈ ਉੱਥੇ ਰਹਿੰਦਾ ਸੀ। ਦੁੱਲਾ ਭੱਟੀ ਦਾ ਦਾਦਾ ਸਾਂਦਲ ਭੱਟੀ ਮੁਗਲਾਂ ਕੋਲੋਂ ਗਰੀਬਾਂ ਤੋਂ ਵਸੂਲੇ ਜਾਂਦੇ ਟੈਕਸ ਦੇ ਬਹੁਤ ਖਿਲਾਫ ਸੀ। ਉਹ ਕਹਿੰਦਾ ਸੀ ਕਿ ਮਿੱਟੀ ਸਾਡੀ ਮਾਂ, ਇਸ ਉੱਤੇ ਅਸੀਂ ਫਸਲ ਉਗਾਉਂਦੇ ਹਾਂ, ਸਾਰੀ ਮਿਹਨਤ ਵੀ ਅਸੀਂ ਕਰਦੇ ਹਾਂ ਅਤੇ ਫਿਰ ਮੁਗਲ ਕੌਣ ਹੁੰਦੇ ਹਨ ਇਹ ਟੈਕਸ ਵਸੂਲਣ ਵਾਲੇ। ਇਸੇ ਗੱਲੋਂ ਹੀ ਰੌਲਾ ਇੰਨਾ ਵੱਧ ਗਿਆ ਕਿ ਮੁਗਲਾਂ ਵੱਲੋਂ ਦੁੱਲੇ ਭੱਟੀ ਦੇ ਦਾਦੇ ਸਾਂਦਲ ਭੱਟੀ ਨੂੰ ਬਾਗੀ ਕਰਾਰ ਦਿੱਤਾ। ਇੱਕ ਫੌਜੀ ਮੁਗਲ ਜਰਨੈਲ ਬੱਕੇ ਮਲਕੇਰੇ ਨੂੰ ਭਾਰੀ ਫੌਜ ਦੇ ਕੇ ਸਾਂਦਲ ਭੱਟੀ ਨੂੰ ਫੜ ਲਿਆਉਣ ਲਈ ਕਿਹਾ। ਸਾਂਦਲ ਭੱਟੀ ਵੀ ਕਾਫੀ ਪਿੰਡਾਂ ਦਾ ਮਾਲਕ ਸੀ ਅਤੇ ਉਹ ਇੱਕ ਜਬਰ ਦੇ ਵਿਰੁੱਧ ਆਵਾਜ਼ ਚੁੱਕ ਰਿਹਾ ਹੁੰਦਾ। ਮੁਗਲਾਂ ਅਤੇ ਭੱਟੀਆਂ ਦੇ ਵਿਚਕਾਰ ਭਿਆਨਕ ਲੜਾਈ ਹੁੰਦੀ ਹੈ। ਸਾਂਦਲ ਭੱਟੀ ਮੁਗਲਾਂ ਨੂੰ ਹਰਾ ਕੇ ਭਜਾ ਦਿੰਦਾ। ਇਸ ਹਾਰ ਨਾਲ ਮੁਗਲ ਬਾਦਸ਼ਾਹ ਦੀ ਸਾਰੀ ਖਲਕਤ ਸਾਹਮਣੇ ਨੱਕ ਵੱਢਿਆ ਗਿਆ ਸੀ ਅਤੇ ਕੁਝ ਚਿਰ ਬਾਅਦ ਸਾਂਦਲ ਭੱਟੀ ਨੂੰ ਮੁਗਲਾਂ ਵੱਲੋਂ ਧੋਖੇ ਨਾਲ ਗ੍ਰਿਫਤਾਰ ਕਰ ਲਿਆ ਜਾਂਦਾ ਅਤੇ ਉਸ ਨੂੰ ਕਤਲ ਕਰਕੇ ਉਸਦੀ ਲਾਸ਼ ਸਾਰੇ ਭੱਟੀਆਂ ਨੂੰ ਡਰਾਉਣ ਵਾਸਤੇ ਉਸਦੇ ਪਿੰਡ ਪਿੰਡੀ ਭੱਟੀਆਂ ਭੇਜ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਸਾਰੀ ਵਾਂਗਡੋਰ ਸਾਂਦਲ ਭੱਟੀ ਦਾ ਬੇਟਾ ਫਰੀਦ ਭੱਟੀ ਸਾਂਭਦਾ ਹੈ। ਉਹ ਵੀ ਮੁਗਲਾਂ ਵਿਰੁੱਧ ਸੰਘਰਸ਼ ਜਾਰੀ ਰੱਖਦਾ, ਪਰ ਫਰੀਦ ਭੱਟੀ ਨੂੰ ਵੀ ਮੁਗਲ ਦਰਬਾਰ ਵਿੱਚ ਧੋਖੇ ਨਾਲ ਬੁਲਾ ਕੇ ਕਤਲ ਕਰ ਦਿੱਤਾ ਜਾਂਦਾ। ਮੁਗਲਾਂ ਨੇ ਭੱਟੀਆਂ ਵਿੱਚ ਖੌਫ ਭਰਨ ਵਾਸਤੇ ਫਰੀਦ ਭੱਟੀ ਦਾ ਸਿਰ ਵੱਢ ਕੇ ਅਤੇ ਉਸਦੇ ਸਾਰੇ ਸਰੀਰ ਵਿੱਚ ਤੂੜੀ ਭਰ ਕੇ ਲਾਹੌਰ ਦੇ ਕਿਲ੍ਹੇ ਉੱਤੇ ਟੰਗ ਦਿੱਤਾ ਸੀ ਕਿ ਲੋਕ ਵੇਖ ਕੇ ਡਰਨ ਅਤੇ ਬਾਗੀ ਨਾ ਬਣਨ। ਉਸ ਸਮੇਂ ਫਰੀਦ ਭੱਟੀ ਦੀ ਪਤਨੀ ਲੱਦੀ, ਜਾਣੀ ਕਿ ਦੁੱਲੇ ਦੀ ਮਾਂ, ਗਰਭਵਤੀ ਸੀ। ਦੁੱਲੇ ਦਾ ਜਨਮ ਅਜੇ ਨਹੀਂ ਹੋਇਆ ਸੀ। ਲੱਦੀ ਆਪਣੇ ਪਤੀ ਦੀ ਲਾਸ਼ ਲੈਣ ਲਾਹੌਰ ਜਾਂਦੀ ਹੈ ਤਾਂ ਮੁਗਲਾਂ ਵੱਲੋਂ ਉਸਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਜਾਂਦਾ ਕਿ ਤੈਨੂੰ ਲਾਸ਼ ਨਹੀਂ ਮਿਲੇਗੀ। ਫਰੀਦ ਭੱਟੀ ਦੀ ਮੌਤ ਤੋਂ ਬਾਅਦ ਆਮ ਖਲਕਤ ਵਿੱਚ ਚਾਰੇ ਪਾਸੇ ਡਰ ਦਾ ਮਾਹੌਲ ਬਣ ਗਿਆ ਸੀ। ਇਸੇ ਡਰ ਦੇ ਮਾਹੌਲ ਦੇ ਵਿੱਚ ਕੁਝ ਦਿਨਾਂ ਬਾਅਦ ਲੱਦੀ ਇੱਕ ਬੱਚੇ ਨੂੰ ਜਨਮ ਦਿੰਦੀ ਆ ਜਿਸਦਾ ਨਾਮ ਅਬਦੁੱਲਾ ਰੱਖਿਆ ਜਾਂਦਾ। ਅਬਦੁੱਲਾ ਹੀ ਬਾਅਦ ਵਿੱਚ ਦੁੱਲਾ ਭੱਟੀ ਬਣਿਆ। ਦੁੱਲੇ ਦੀ ਮਾਂ ਲੱਦੀ ਆਪਣੇ ਸਾਕ ਸੰਬੰਧੀਆਂ ਨੂੰ ਬੇਨਤੀ ਕਰਦੀ ਹੈ ਕਿ ਤੁਸੀਂ ਕਿਸੇ ਨੇ ਵੀ ਦੁੱਲੇ ਨੂੰ ਉਸਦੇ ਬਾਗੀ ਦਾਦੇ ਅਤੇ ਪਿਓ ਬਾਰੇ ਨਹੀਂ ਦੱਸਣਾ, ਕਿਉਂਕਿ ਮੈਂ ਆਪਣੇ ਪਤੀ ਅਤੇ ਸਹੁਰੇ ਵਾਂਗ ਆਪਣੇ ਪੁੱਤਰ ਨੂੰ ਵੀ ਬਾਗੀ ਦੀ ਮੌਤ ਮਰਦਾ ਨਹੀਂ ਦੇਖ ਸਕਦੀ।
ਪਰ ਦੁੱਲੇ ਦੇ ਅੰਦਰ ਵੀ ਸੂਰਮਿਆਂ ਦਾ ਖੂਨ ਹੋਣ ਕਰਕੇ ਉਹ ਪੜ੍ਹਾਈ ਲਿਖਾਈ ਛੱਡ ਸਰੀਰਕ ਕਸਰਤਾਂ ਅਤੇ ਜੰਗੀ ਹਥਿਆਰ ਚਲਾਉਣੇ ਸਿੱਖ ਰਿਹਾ ਸੀ। ਹੌਲੀ ਹੌਲੀ ਦੁੱਲਾ ਜਵਾਨ ਹੋ ਰਿਹਾ ਸੀ ਅਤੇ ਉਸਦੇ ਪਿੰਡ ਪਿੰਡੀ ਭੱਟੀਆਂ ਵਿੱਚੋਂ ਅਕਸਰ ਹੀ ਅਕਬਰ ਦੇ ਮੁਗਲ ਸਿਪਾਹੀ ਨੰਘਿਆ ਕਰਦੇ ਸਨ। ਪਰ ਦੁੱਲੇ ਨਾਲ ਉਸ ਸਮੇਂ ਇੱਕ ਬਹੁਤ ਅਜੀਬ ਘਟਨਾ ਹੁੰਦੀ। ਜਦੋਂ ਵੀ ਕੋਈ ਸਿਪਾਹੀ ਉਸਦੇ ਕੋਲੋਂ ਲੰਘਦਾ ਤਾਂ ਉਸਦਾ ਖੂਨ ਉਬਾਲੇ ਮਾਰਨ ਲੱਗ ਜਾਂਦਾ। ਇੱਕ ਦਿਨ ਦੁੱਲੇ ਨੂੰ ਉਸਦੇ ਸ਼ਰੀਕ ਨੇ ਮਿਹਣਾ ਮਾਰਿਆ ਕਿ ਤੂੰ ਇੱਥੇ ਤਾਂ ਫੰਨੇ ਖਾਂ ਬਣੀ ਜਾਂਦਾ, ਪਰ ਤੇਰੇ ਪਿਓ ਦੀ ਲਾਸ਼ ਮੁਗਲਾਂ ਨੇ ਲਾਹੌਰ ਦੇ ਕਿਲ੍ਹੇ ਉੱਤੇ ਟੰਗੀ ਰੱਖੀ ਸੀ, ਉਹਦਾ ਤਾਂ ਬਦਲਾ ਤੇਰੇ ਤੋਂ ਲਿਆ ਨਹੀਂ ਗਿਆ। ਇਹ ਸੁਣ ਕੇ ਦੁੱਲੇ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ। ਦੁੱਲਾ ਗੁੱਸੇ ਵਿੱਚ ਭਰਿਆ ਪੀਤਾ ਆਪਣੀ ਮਾਂ ਕੋਲ ਜਾਂਦਾ ਕਿ ਮਾਂ ਮੈਨੂੰ ਦੱਸ, ਮੇਰਾ ਦਾਦਾ ਅਤੇ ਮੇਰਾ ਪਿਓ ਕੌਣ ਸਨ, ਉਹਨਾਂ ਨਾਲ ਕੀ ਵਾਪਰਿਆ। ਦੁੱਲੇ ਦੀਆਂ ਅੱਖਾਂ ਵਿੱਚ ਖੂਨ ਉਤਰਿਆ ਦੇਖ ਲੱਦੀ ਨੂੰ ਆਖਿਰ ਸੱਚ ਦੱਸਣਾ ਹੀ ਪੈਂਦਾ। ਲੱਦੀ ਦੱਸਦੀ ਹੈ ਕਿ ਤੇਰੇ ਦਾਦੇ ਅਤੇ ਪਿਓ ਨੂੰ ਬਾਗੀ ਹੋਣ ਕਰਕੇ ਮੁਗਲਾਂ ਨੇ ਮਾਰ ਦਿੱਤਾ ਸੀ। ਇੱਥੋਂ ਇੱਕ ਸ਼ਰਾਰਤੀ ਸੁਭਾਅ ਦੇ ਦੁੱਲੇ ਦੀ ਜ਼ਿੰਦਗੀ ਬਦਲ ਜਾਂਦੀ ਹੈ। ਇੱਕ ਦਿਨ ਅਕਬਰ ਦੀਆਂ ਫੌਜਾਂ ਕਾਬਲ ਤੋਂ ਵਾਪਸ ਉਸੇ ਮੁਗਲ ਸੂਬੇਦਾਰ ਬੱਕੇ ਮਲਕੇਰੇ ਦੀ ਅਗਵਾਈ ਵਿੱਚ ਦੁੱਲੇ ਦੇ ਪਿੰਡ ਕੋਲੋਂ ਲੰਘ ਰਹੀਆਂ ਹੁੰਦੀਆਂ ਹਨ ਅਤੇ ਦੁੱਲਾ ਅੱਗੋਂ ਉਹਨਾਂ ਦਾ ਰਾਹ ਰੋਕ ਲੈਂਦਾ। ਬੱਕਾ ਮਲਕੇਰਾ ਰੋਹਬ ਨਾਲ ਬੋਲਦਾ ਕਿ ਕੌਣ ਹੈ ਤੂੰ, ਤੈਨੂੰ ਲੱਗਦਾ ਆਪਣੀ ਜ਼ਿੰਦਗੀ ਨਹੀਂ ਪਿਆਰੀ। ਦੁੱਲਾ ਅੱਗੋਂ ਬੋਲਦਾ ਕਿ ਮੈਂ ਸਾਂਦਲ ਭੱਟੀ ਦਾ ਪੋਤਾ ਅਤੇ ਫਰੀਦ ਭੱਟੀ ਦਾ ਮੁੰਡਾ, ਇਹਨਾਂ ਨੂੰ ਤਾਂ ਤੂੰ ਚੰਗੀ ਤਰ੍ਹਾਂ ਜਾਣਦਾ ਹੈ। ਇਹ ਸੁਣ ਕੇ ਬੱਕਾ ਮਲਕੇਰਾ ਉੱਚੀ ਉੱਚੀ ਹੱਸਣ ਲੱਗ ਪੈਂਦਾ, ਕਿਉਂਕਿ ਬੱਕੇ ਮਲਕੇਰੇ ਨੇ ਹੀ ਦੁੱਲੇ ਦੇ ਦਾਦੇ ਨੂੰ ਮਾਰਿਆ ਸੀ। ਬੱਕਾ ਮਲਕੇਰਾ ਤਲਵਾਰ ਕੱਢ ਕੇ ਦੁੱਲੇ ਦਾ ਸਿਰ ਵੱਢਣ ਲਈ ਅੱਗੇ ਵੱਧਦਾ, ਪਰ ਦੁੱਲਾ ਫੁਰਤੀ ਨਾਲ ਉਸੇ ਦੀ ਤਲਵਾਰ ਖੋਹ ਕੇ ਉਸਦਾ ਸਿਰ ਵੱਢ ਕੇ ਧਰਤੀ 'ਤੇ ਸੁੱਟ ਦਿੰਦਾ। ਸਾਰੀ ਫੌਜ ਵਿੱਚ ਇਸ ਖੌਫਨਾਕ ਮੰਜ਼ਰ ਨੂੰ ਦੇਖ ਕੇ ਭਾਜੜ ਪੈ ਜਾਂਦੀ। ਦੁੱਲਾ ਬੱਕੇ ਮਲਕੇਰੇ ਦਾ ਸਿਰ ਚੁੱਕ ਕੇ ਸਿਪਾਹੀਆਂ ਨੂੰ ਫੜਾਉਂਦਾ ਅਤੇ ਕਹਿੰਦਾ ਕਿ ਜਾ ਕੇ ਅਕਬਰ ਬਾਦਸ਼ਾਹ ਨੂੰ ਮੇਰਾ ਸੁਨੇਹਾ ਲਾ ਦਿਓ ਕਿ ਭੱਟੀਆਂ ਦਾ ਇੱਕ ਹੋਰ ਸੂਰਮਾ ਜੰਮ ਪਿਆ ਹੈ ਜੋ ਤੇਰੀ ਹੁਣ ਇੱਟ ਨਾਲ ਇੱਟ ਖੜਕਾਵੇਗਾ। ਇਹ ਦੇਖ ਮੁਗਲ ਬਾਦਸ਼ਾਹ ਦਾ ਤਖ਼ਤ ਹਿੱਲ ਜਾਂਦਾ। ਅਕਬਰ ਬਾਦਸ਼ਾਹ ਬੋਲਦਾ ਹੈ ਕਿ ਅਸੀਂ ਸੱਪ ਨੂੰ ਤਾਂ ਮਾਰਤਾ ਸੀ ਪਰ ਸਪੋਲੀਆ ਬਚ ਗਿਆ। ਇੱਥੋਂ ਹੀ ਸ਼ੁਰੂ ਹੁੰਦੀ ਹੈ ਦੁੱਲੇ ਦੇ ਬਾਗੀ ਬਣ ਦੀ ਕਹਾਣੀ। ਉਹ ਮੁਗਲਾਂ ਨੂੰ ਲੁੱਟ ਕੇ ਗਰੀਬਾਂ ਵਿੱਚ ਵੰਡਣਾ ਸ਼ੁਰੂ ਕਰ ਦਿੰਦਾ ਹੈ। ਗਰੀਬਾਂ ਅਤੇ ਮਾੜਿਆਂ ਦੀ ਬਾਂਹ ਦੁੱਲੇ ਵੱਲੋਂ ਫੜੀ ਜਾਂਦੀ। ਇਸੇ ਦੌਰਾਨ ਹੀ ਉਹ ਸੁੰਦਰ ਮੁੰਦਰੀਏ ਦੀ ਕਹਾਣੀ ਬਣਦੀ ਹੈ। ਸੁੰਦਰੀ ਅਤੇ ਮੁੰਦਰੀ ਇੱਕ ਗਰੀਬ ਬ੍ਰਾਹਮਣ ਦੀਆਂ ਕੁੜੀਆਂ ਸਨ ਅਤੇ ਦੁੱਲਾ ਉਹਨਾਂ ਦਾ ਵਿਆਹ ਕਰਦਾ, ਇਸੇ ਕਰਕੇ ਲੋਹੜੀ ਦਾ ਗੀਤ ਬਣਦਾ। ਦੁੱਲੇ ਦੇ ਚਰਚੇ ਪੂਰੇ ਪੰਜਾਬ ਵਿੱਚ ਫੈਲ ਜਾਂਦੇ ਹਨ। ਉੱਧਰ ਅਕਬਰ ਰੋਹ ਵਿੱਚ ਆ ਕੇ ਆਪਣੇ ਦਰਬਾਰ ਵਿੱਚ ਕੂਕਦਾ ਕਿ ਹੈ ਕੋਈ ਸੂਰਮਾ ਜੋ ਦੁੱਲੇ ਭੱਟੀ ਦਾ ਸਿਰ ਵੱਢ ਕੇ ਲਿਆਵੇ, ਤਾਂ ਉਸ ਸਮੇਂ ਮਿਰਜ਼ਾ ਨਿਜ਼ਾਮੂਦੀਨ ਉੱਠ ਖੜਾ ਹੁੰਦਾ। ਅਕਬਰ ਉਸਦੀ ਫੌਜ ਦੇ ਕੇ ਤੋਰਦਾ ਕਿ ਦੁੱਲੇ ਭੱਟੀ ਨੂੰ ਬੰਨ੍ਹ ਕੇ ਮੇਰੇ ਕੋਲ ਲੈ ਕੇ ਆਓ। ਫੌਜ ਵੱਲੋਂ ਦੁੱਲੇ ਭੱਟੀ ਦੇ ਪਿੰਡ ਉੱਤੇ ਹਮਲਾ ਕਰ ਦਿੱਤਾ ਜਾਂਦਾ, ਪਰ ਦੁੱਲਾ ਭੱਟੀ ਉਸ ਸਮੇਂ ਆਪਣੇ ਪਿੰਡ ਵਿੱਚ ਨਹੀਂ ਸੀ। ਫੌਜ ਵੱਲੋਂ ਉਸਦੇ ਬਹੁਤ ਸਾਰੇ ਸਾਥੀਆਂ ਨੂੰ ਮਾਰ ਦਿੱਤਾ ਜਾਂਦਾ ਅਤੇ ਮਿਰਜ਼ਾ ਨਿਜ਼ਾਮੂਦੀਨ ਵੱਲੋਂ ਦੁੱਲੇ ਦੀ ਮਾਂ ਲੱਦੀ ਉਸਦੀ ਘਰਵਾਲੀ ਨੂੰ ਅਤੇ ਹੋਰ ਔਰਤਾਂ ਨੂੰ ਬੰਨ੍ਹ ਕੇ ਲਾਹੌਰ ਵੱਲ ਤੁਰ ਪੈਂਦੇ ਹਨ। ਰਸਤੇ ਵਿੱਚ ਇੱਕ ਲਾਲ ਖਾਂ ਨਾਮ ਦਾ ਮੁਸਲਮਾਨ ਪੁੱਛਦਾ ਕਿ ਕੌਣ ਔਰਤਾਂ ਹਨ, ਤਾਂ ਸਿਪਾਹੀ ਉਸਨੂੰ ਦੱਸਦੇ ਹਨ ਕਿ ਦੁੱਲੇ ਭੱਟੀ ਦੀਆਂ ਘਰਵਾਲੀ ਅਤੇ ਉਸਦੀ ਮਾਂ ਹਨ। ਇਹ ਬਜ਼ੁਰਗ ਲਾਲ ਖਾਂ ਕਹਿੰਦਾ ਕਿ ਪੰਜਾਬ ਦੀਆਂ ਮਾਵਾਂ ਭੈਣਾਂ ਹਨ, ਤੁਹਾਡੇ ਨਾਲ ਦੁੱਲੇ ਨਾਲ ਤੁਹਾਡੀ ਦੁਸ਼ਮਣੀ ਹੈ, ਉਸਦੇ ਘਰ ਦੀਆਂ ਔਰਤਾਂ ਦਾ ਕੀ ਕਸੂਰ।
ਉਸ ਬਜ਼ੁਰਗ ਲਾਲ ਖਾਂ ਦਾ ਸਾਰਾ ਪਿੰਡ ਹੀ ਫੌਜ ਉੱਤੇ ਹਮਲਾ ਕਰ ਦਿੰਦਾ ਕਿ ਇਹਨਾਂ ਔਰਤਾਂ ਨੂੰ ਛਡਾਉਣਾ ਹੈ। ਇੰਨੇ ਨੂੰ ਦੁੱਲਾ ਵੀ ਫੌਜ ਕੋਲ ਪਹੁੰਚ ਜਾਂਦਾ। ਨਿਜ਼ਾਮੂਦੀਨ ਮਿਰਜ਼ਾ ਅਤੇ ਦੁੱਲਾ ਆਹਮੋ ਸਾਹਮਣੇ ਹੁੰਦੇ ਹਨ। ਦੁੱਲਾ ਮਿਰਜ਼ੇ ਨਿਜ਼ਾਮੂਦੀਨ ਦਾ ਸਿਰ ਵੱਢਣ ਵਾਲਾ ਹੀ ਹੁੰਦਾ ਕਿ ਮਿਰਜ਼ਾ ਜਾ ਕੇ ਦੁੱਲੇ ਮਾਂ ਦੀ ਮਾਂ ਲੱਦੀ ਦੇ ਪੈਰੀ ਪੈ ਜਾਂਦਾ ਕਿ ਆਪਣੇ ਪੁੱਤਰ ਤੋਂ ਮੇਰੀ ਜਾਨ ਬਚਾ ਲਵੋ। ਲੱਦੀ ਨੂੰ ਤਰਸ ਆ ਜਾਂਦਾ ਅਤੇ ਉਹ ਦੁੱਲੇ ਨੂੰ ਰੋਕ ਦਿੰਦੀ। ਇਸ ਤਰ੍ਹਾਂ ਦੁੱਲਾ ਸਾਰੀਆਂ ਔਰਤਾਂ ਨੂੰ ਛਿੜਾ ਲੈਂਦਾ ਹੈ। ਮਿਰਜ਼ਾ ਨਿਜ਼ਾਮੂਦੀਨ ਅਕਬਰ ਕੋਲ ਜਾ ਕੇ ਕਹਿੰਦਾ ਕਿ ਬਾਦਸ਼ਾਹ, ਜੇਕਰ ਦੁੱਲੇ ਵਰਗਾ ਬਹਾਦਰ ਆਪਣੀ ਫੌਜ ਵਿੱਚ ਸ਼ਾਮਲ ਹੋ ਜਾਵੇ ਤਾਂ ਆਪਣੀ ਫੌਜ ਬਹੁਤ ਤਕੜੀ ਹੋ ਜਾਵੇਗੀ। ਅਕਬਰ ਵੀ ਇਹ ਗੱਲ ਮੰਨ ਲੈਂਦਾ। ਅਕਬਰ ਨੂੰ ਇਹ ਵੀ ਪਤਾ ਸੀ ਕਿ ਦੁੱਲੇ ਨੂੰ ਫੜਨਾ ਬਹੁਤ ਔਖਾ ਅਤੇ ਉਹ ਉਸਦੇ ਪਿਓ ਵਾਂਗ ਹੀ ਦੁੱਲੇ ਨੂੰ ਗੱਲਾਂ ਵਿੱਚ ਲਿਆ ਕੇ ਆਪਣੇ ਦਰਬਾਰ ਵਿੱਚ ਬੁਲਾਉਂਦਾ ਹੈ। ਦੁੱਲਾ ਅਕਬਰ ਦੇ ਦਰਬਾਰ ਪਹੁੰਚਦਾ। ਅਕਬਰ ਵੱਲੋਂ ਦੁੱਲੇ ਨੂੰ ਦੋ ਸੂਬੇ ਦੇਣ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਅਤੇ ਉਸਨੂੰ ਕਿਹਾ ਜਾਂਦਾ ਹੈ ਕਿ ਉਹ ਆਪਣੇ ਲੋਕਾਂ ਦਾ ਸਾਥ ਛੱਡ ਦੇਵੇ। ਪਰ ਦੁੱਲਾ ਲਾਲਚ ਵਿੱਚ ਨਹੀਂ ਆਉਂਦਾ ਅਤੇ ਉਹ ਪੰਜਾਬ ਨਾਲ ਧੋਖਾ ਨਹੀਂ ਕਰਦਾ। ਉਸਦੇ ਪਿਓ ਵਾਂਗ ਉਸਨੂੰ ਵੀ ਧੋਖੇ ਨਾਲ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਅਤੇ ਕਾਜ਼ੀ ਉਸਦੀ ਮੌਤ ਦਾ ਫਰਮਾਨ ਸੁਣਾਉਂਦਾ। ਫਾਂਸੀ ਦਾ ਹੁਕਮ ਸੁਣ ਪੰਜਾਬ ਦੇ ਸਾਰੇ ਪਾਸੇ ਲੋਕ ਭੜਕ ਉੱਠੇ ਸਨ। ਬਗਾਵਤ ਦੇ ਡਰੋਂ ਮੁਗਲਾਂ ਨੇ ਦੁੱਲੇ ਨੂੰ ਤੈਅ ਸਮੇਂ ਤੋਂ ਪਹਿਲਾਂ ਹੀ ਫਾਂਸੀ ਦੇ ਦਿੱਤੀ ਸੀ। ਇਹ ਹੈ ਪੰਜਾਬ ਦੇ ਉਸ ਅਣਖੀ ਸੂਰਮੇ ਦਾ ਇਤਿਹਾਸ ਜਿਸ ਦੇ ਲੋਕ ਗੀਤ ਅੱਜ ਵੀ ਗਾਏ ਜਾਂਦੇ ਹਨ ਅਤੇ ਪੰਜਾਬ ਦੇ ਲੋਕ ਇਹਨਾਂ ਸੂਰਮਿਆਂ ਨੂੰ ਹਮੇਸ਼ਾ ਹੀ ਚੇਤੇ ਕਰਦੇ ਰਹਿਣਗੇ। ਸੋ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਧੰਨਵਾਦ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਪੇਜ ਨੂੰ ਫੋਲੋ ਅਤੇ ਸ਼ੇਅਰ ਜ਼ਰੂਰ ਕਰੋ।